السلام عليكم কি হাল এ জি ঠিক ও উম্মীদ করি না ঠিক ও সো খরে না লসো মে হাম মালিক তসাওয়ার বাদ তো সমরা ইউটিউব চ্যানেল দে পেও জি মে কি তুসা আগে মে ব্লগ দে দে রাঁদে ও মেনু সাল হো গে মেহনত করে না পি হালা কে কাহে ভিডিও তে ভিউজ ঘাট আনে কাহে তে জিয়াদা আনে লেকিন মে পরেশানি নেই কি তি মে টেনশন নেই কি তি মে খুশ রাঁনা ঠিক না আল্লাহ তাআলা জেড়ে কাম মে করে দে বেহতর করে দে হর হাল এ খুশ রহো চাহে তোতে গরিবি হে আমিরি হে ਤੇ ਮੇਨ ਗੱਲ ਦੇ ਵਾਲਦੈਨ ਦੀਆਂ ਦੁਆਵਾਂ ਹੋਣਾ ਚਾਹੀਦੇ ਨੇ ਆਪਣੇ ਮਾਲਦੈਨ ਦੀ ਕਦਰ ਕਰੋ ਜਿਹੜੇ ਬੰਦੇ ਦੇ ਨਾਲ ਮਾਂ ਪਿਓ ਦੀਆਂ ਦੁਆਵਾਂ ਨੇ ਉਹ ਇਨਸ਼ਾਅੱਲਾ ਕਾਮਯਾਬ ਹੀ ਕਾਮਯਾਬ ਹੈ ਮੈਂ ਜਿਹੜਾ ਵੀਡੀਓ ਬਣਾਉਣ ਦਾ ਮਕਸਦ ਹੈ ਕੋਈ ਪੈਸਾ ਕਮਾਉਣਾ ਨਹੀਂ ਕਸਮਈਆ ਗੱਲ ਹੈ ਜਾਂ ਕੋਈ ਮੈਨੂੰ ਸ਼ੌਂਕ ਨਹੀਂ ਮੇਰੀਆਂ ਕੋਠੀਆਂ ਮੈਨੂੰ ਕਾਰਾਂ ਮੈਨੂੰ ਗੱਡੀਆਂ ਮੈਨੂੰ ਮੈਂ ਕਾਮਯਾਬ ਥੀਵਾਂ ਮੈਨੂੰ ਸਿਰਫ ਸ਼ੌਂਕ ਹੈ ਇੱਕ ਨਾ ਫੇਸਬੁੱਕ ਟਿਕਟੋਕ ਯੂਟਿਊਬ 'ਤੇ ਵੀਡੀਓ ਲਾਉਣ ਦਾ ਇੱਕ ਕੁਦਰਤੀ ਗੱਲ ਮੈਨੂੰ ਸ਼ੌਂਕ ਹੈ ਸਾਲ ਹੋ ਗਿਆ ਅਗਰ ਮੈਂ ਕੋਈ ਸ਼ੌਂਕ ਨਾ ਹੋਵੇ ਵਿਊਜ਼ ਨਾ ਆਵੇ ਨਾ ਤਾਂ ਮੈਂ ਥੋੜ੍ਹਾ ਢਿੱਲਾ ਪੈ ਵਾਂ ਮੈਂ ਹਰ ਡੇਲੀ ਦੀ ਵੀਡੀਓ ਲੈਣਾ ਮੈਨੂੰ ਸਾਲ ਹੋ ਗਿਆ ਮੈਂ ਕਾਈ ਵੀਡੀਓ ਨਾ ਕੱਟ ਨਹੀਂ ਕੀਤੀ ਠੀਕ ਹੈ ਨਾ ਅਤੇ ਇੱਕ ਮੇਰਾ ਨੌਜਵਾਨ ਵਾਸਤੇ ਪੈਗਾਮ ਹੈ ਕਿ ਆਪਣੇ ਮਾਂ ਪਿਓ ਦੀ ਕਦਰ ਕਰੋ ਕਿਉਂਕਿ ਆਉਣ ਵਾਲੇ ਵਕਤ ਦਾ ਕੋਈ ਪਤਾ ਨਹੀਂ ਹੁੰਦਾ ਕਿਹੋ ਜਿਹਾ ਵਕਤ ਆਉਂਦਾ ਹੈ ਠੀਕ ਹੈ ਨਾ ਕਿਉਂਕਿ ਬੰਦਾ ਸਦਾ ਇੱਕੋ ਵਕਤ ਨਹੀਂ ਰਹਿੰਦਾ 24 ਘੰਟੇ ਬੰਦਾ ਮਾਂ ਪਿਓ ਦੇ ਨਾਲ ਨਹੀਂ ਰਹਿੰਦਾ 24 ਘੰਟੇ ਭੈਣਾਂ ਭਰਾ ਇਕੱਠੇ ਨਹੀਂ ਰਹਿੰਦੇ ਠੀਕ ਹੈ ਬਚਪਨਾ ਹੁੰਦੇ 4 ਦੇ ਹੁੰਦੇ ਜ਼ਿੰਦਗੀ ਦੇ ਜਿਵੇਂ ਇਵੇਂ 4 ਦੇ ਹੁੰਦੇ ਨੇ ਇਕੱਠੇ ਰਹਿਣ ਦੇ ਠੀਕ ਹੈ ਨਾ ਭਰਾਵਾਂ ਦੀ ਕਦਰ ਕਰੋ ਭੈਣਾਂ ਭਰਾਵਾਂ ਨਾਲ ਸਲੂਕ ਨਾ ਰਹੋ ਕਿਉਂਕਿ ਆਉਣ ਵਾਲਾ ਵਕਤ ਇਹ ਜਿਹਾ ਦੌਰ ਹੁੰਦਾ ਪਿਆ ਅੱਜ ਫੋਨ ਇੱਕ ਤੋਂ ਦੂਜੇ ਬੰਦੇ ਨੂੰ ਫੋਨ ਕਰਾਉਣ ਦੇ ਟਾਈਮ ਕੋਈ ਨਹੀਂ ਠੀਕ ਹੈ ਨਾ ਮਸਰੂਫੀਅਤ ਜਾਂ ਅੱਜ ਕੱਲ੍ਹ ਜਿਹੜਾ ਮੋਬਾਈਲ ਦਾ ਦੌਰ ਆ ਗਏ ਕੋਈ ਬੰਦਾ ਗਾਲ ਇਤਨੀ ਨਹੀਂ ਕਰਿੰਦਾ ਜਿਵੇਂ ਕਿ ਅੱਗੇ ਸਾਦੇ ਮੋਬਾਈਲ ਹਨ ਤਾਂ ਬੰਦੇ ਜ਼ਿਆਦਾਤਰ ਗਾਲ ਰਾਬਤਾ ਕਰਿੰਦੇ ਨੇ ਹੁਣ ਹਰ ਬੰਦਾ ਯੂਟਿਊਬ ਟਿਕਟੋਕ ਬਸ ਆਪਣਾ ਇੰਜੋਇਮੈਂਟ ਕਰਿੰਦਾ ਪਏ ਦੂਜੇ ਦੀ ਕੋਈ ਪਰਵਾਹ ਨਹੀਂ ਚਾਹੇ ਕੋਈ ਜਿੱਥੇ ਦੁੱਖ ਹੈ ਸੁੱਖ ਹੈ ਕਿਸੇ ਨੂੰ ਤਕਲੀਫ ਹੈ ਤਾਂ ਅੱਜ ਦੇ ਦੌਰੇ 'ਚ ਅੱਗੇ ਰਿਚ ਕੋਈ ਨਹੀਂ ਪੁੱਛਦਾ ਕਿ 10 ਬੰਦੇ 4 ਬੰਦੇ ਇਕੱਠੇ ਵਾਂਝ ਬਾਂਦੇ ਨੂੰ ਤਕਲੀਫ ਅੱਧੀ ਹੋ ਜਾਂਦੀ ਹੈ ਠੀਕ ਹੈ ਨਾ ਅੱਜ ਕੋਈ ਆ ਹੀ ਬਾਂਦਾ ਤਾਂ ਉਹ ਹੀ ਮੋਬਾਈਲ 'ਚ ਘੁਸੇ ਹੋਏ ਤੇ ਹੋਣਾ ਚਾਹੀਦਾ ਆਪਣਾ ਇੰਜੋਇਮੈਂਟ ਹੀ ਕਰੋ ਆਪਣਾ ਮੋਬਾਈਲ ਹੀ ਦੇਖੋ ਲੇਕਿਨ ਆਪਣੇ ਗਵਾਂਢੀਆਂ ਦਾ ਭਰਾਵਾਂ ਦਾ ਦੁੱਖ ਤਕਲੀਫ ਹੈ ਸਾਥ ਦਿਓ ਉਹਨਾਂ ਨਾਲ ਰਾਬਤਾ ਕਰੋ ਉਹਨਾਂ ਕੋਲ ਆਵੋ ਵੰਨੋ ਮੈਂ ਸ਼ਾਰਟ ਮੁਖਤਸਰ ਜਿਹਾ ਵਲੌਗ ਬਣਾਇਆ ਪਿਆ ਇਨਸ਼ਾਅੱਲਾ ਵਾਇਰਲ ਥੀ ਸੀ ਸ਼ੇਅਰ ਕਰੇ ਸੋ ਤੇ ਮਜ਼ੀਦ ਵੀ ਦਿਲਚਸਪ ਵਲੌਗ ਆਉਂਦੇ ਰਹਾ ਸਨ ਅੱਜ ਦੇ ਵਲੌਗ ਦਾ ਇੱਥੇ ਐਡ ਕਰੇ ਪਏ ਇਨਸ਼ਾਅੱਲਾ ਕੱਲ੍ਹ ਨਵੇਂ ਵਲੌਗ ਨਾਲ ਮਿਲਸੋ ਅੱਲਾ ਹਾਫਿਜ਼ ਪਾਕਿਸਤਾਨ।